की ना है? गुलाम शहबाज। गुलाम शहबाज कितने रहना है? गुजरात। गुजरात का रहने वाला है। तो उंज कितने रहना है? काम करना वैसे दुबई च। दुबई च कितने अरसे तो? तकरीबन 8 साल। 8 साल तो दुबई है। हां जी। शादीशुदा है? हां जी। कितने बच्चे? तीन। तीन बच्चे ने। तो इरफान कौन है? इरफान दोस्त है मेरा। शुरू तो ही दोस्त है? नहीं, तकरीबन 2-2.5 साल हो गए। दुबई दोस्ती हुई? हां जी। इधर दी दोस्ती नहीं है? नहीं, इधर। ठीक है। ते की होया किवें इरफान दा की मसला चल रहा सी साइमा दे नाल? इन्हां दा घरेलू थोड़ा जिहा मामला तो बने सी कंपनी दी वजह तों, किसे दे नाल मिल के कंपनी छिकना चाहुंदी सी, जिहदे च साइन होल्डर सी ए। दूसरे नंबर ते इक दो दफा नज़र देण दी मैनूं कोशिश कीती मिलक शेक च। अच्छा। जिथों फिर थोड़ा जिहा देन बाद लन हो गया सी, जिहदी वजह तों फिर असीं प्लान कीता करके। नहीं, उहने जहर देण दी कोशिश कीती इरफान नूं? हां, किवें पता लगा? ਉਹ ਅਸਲ ਇੱਕ ਮੈਸੇਜ ਪਹਿਲੇ ਕਰ ਚੁੱਕੀ ਸੀ, ਉਹਦਾ ਦਿਮਾਗ ਨਹੀਂ ਇਸ ਚੀਜ਼ 'ਤੇ ਸੀ ਕਿ ਮੈਂ ਤੈਨੂੰ ਜ਼ਹਿਰ ਦੇ ਦੇਣਾ, ਉਹਦੇ ਤੋਂ ਫਿਰ ਉਹ ਜ਼ਰਾ ਥੋੜ੍ਹਾ ਜਿਹਾ ਚੁਕੰਨਾ ਇਹਨੂੰ ਕਹਿ ਚੁੱਕੀ ਸੀ ਕਿ ਮੈਂ ਤੈਨੂੰ ਜ਼ਹਿਰ ਦੇ ਦੇਣਾ। ਜੀ ਜੀ, ਬਿਲਕੁਲ ਇਰਫਾਨ ਨੂੰ। ਜੀ ਠੀਕ ਹੈ। ਅਤੇ ਇਰਫਾਨ ਦੱਸਦਾ ਹੁੰਦਾ ਸੀ ਤੈਨੂੰ? ਨਹੀਂ, ਇਹ ਤਾਂ ਇਸ ਦਿਨ ਉਹਨਾਂ ਦੀ ਉੱਥੇ ਲੜਾਈ ਹੋਈ ਹੈ, ਉਹਦੇ ਤੋਂ ਬਾਅਦ ਪਾਕਿਸਤਾਨ ਆਈ ਹੈ, ਉਸ ਤੋਂ ਬਾਅਦ ਫਿਰ ਸਾਡੀ ਇਸ ਬੋਲ 'ਤੇ ਗੱਲ ਹੋਈ। ਉਸ ਤੋਂ ਪਹਿਲੇ ਤਾਂ ਮੇਰੀ ਦੇ ਨਾਲ ਇਸ ਮੁੱਦੇ 'ਤੇ ਗੱਲ ਵੀ ਨਹੀਂ ਹੋਈ, ਨਾ ਹੀ ਮੈਨੂੰ ਸ਼ਾਦੀ ਦਾ ਪਤਾ ਸੀ। ਅਤੇ ਕੰਮ ਵੀ ਇਰਫਾਨ ਕੋ ਕਰਨਾ ਹੈ? ਨਹੀਂ, ਮੇਰੀ ਆਪਣੀ ਗੱਡੀ। ਆਪਣੀ ਗੱਡੀ? ਇਰਫਾਨ ਕੀ ਕੰਮ ਕਰਦਾ? ਇਰਫਾਨ ਦਾ ਟਰਾਂਸਪੋਰਟ ਹੈ ਆਪਣੀ ਇੱਥੇ। ਆਪਣੀ ਟਰਾਂਸਪੋਰਟ ਕੰਪਨੀ ਹੈ? ਹਾਂਜੀ। ਕਿਹੜੀ ਅਲੀ ਕੰਪਨੀ? ਬਿਗ ਸਟਾਰ ਐਲਐਲਸੀ। ਅੱਛਾ, ਕਿਹੜੀਆਂ ਗੱਡੀਆਂ ਚੱਲਦੀਆਂ? ਟਰਾਲੇ। ਟਰਾਲੇ ਕਿੰਨੇ ਕੇ ਗਏ? ਇਹਨੇ 6 ਕੋਈ। ਤੇ ਇਹ ਕੀ ਕਰਦੀ ਸੀ ਸਾਇਮਾ? ਇਹਦਾ ਮੈਨੇਜਰ ਦਾ ਵੀ ਤਾਂ ਸੀ, ਕੁਝ ਵੀ ਨਹੀਂ ਕਰਦੀ ਸੀ। ਉਹ ਸਲੂਨ ਹੈਗਾ ਉਹਦਾ, ਪੁਲਿਸ ਕਹਿੰਦੀ? ਨਹੀਂ, ਸਾਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ ਉਹਦਾ ਸਲੂਨ ਹੈ ਜਾਂ ਨਹੀਂ ਹੈ, ਲੇਕਿਨ ਕੰਪਨੀ ਦਾ ਮੈਨੇਜਰ ਦਾ ਵੀਜ਼ਾ ਸੀ। ਅੱਛਾ। ਉਸ ਤੋਂ ਇਲਾਵਾ ਮੈਨੂੰ ਕੋਈ ਇਲਮ ਨਹੀਂ ਦਾ ਕੋਈ ਸਲੂਨ ਹੈ ਜਾਂ ਨਹੀਂ ਹੈ। ਇਹ ਦੇਖੋ, ਮਤਲਬ ਘਰ ਹੀ ਰਹਿੰਦੀ ਸੀ ਵਿਆਹ ਕਰਕੇ? ਨਹੀਂ, ਮੈਨੂੰ ਇਸ ਚੀਜ਼ ਦਾ, ਮੈਂ ਇਹਨਾਂ ਦੇ ਘਰ ਕਦੇ ਨਹੀਂ ਗਿਆ, ਮੈਨੂੰ ਇਸ ਚੀਜ਼ ਦਾ ਪਤਾ। ਇਹ ਨਹੀਂ ਪਤਾ ਕੀ ਕਰਦੀ ਸੀ? ਨਹੀਂ, ਇਹਦਾ ਨਹੀਂ। ਅੱਛਾ, ਫਿਰ ਇਰਫਾਨ ਨੇ ਕਦੋਂ ਤੇਰੇ ਨਾਲ ਪਲੈਨਿੰਗ ਕੀਤੀ? ਇਹ ਫਿਰ ਉਹ ਕੀ ਦੱਸਿਆ, ਕਿੰਨੇ ਅਰਸੇ ਪਹਿਲੇ ਦੀ ਗੱਲ ਹੈ? ਇਹ ਤਕਰੀਬਨ ਮਹੀਨਾ ਪਹਿਲੇ ਇਹਨਾਂ ਦੀ ਲੜਾਈ ਹੋਈ, ਉਹ ਪਾਕਿਸਤਾਨ ਆ ਗਈ, ਉਸ ਤੋਂ ਬਾਅਦ ਫਿਰ ਥੋੜ੍ਹੇ ਅਰਸੇ ਬਾਅਦ ਇਰਫਾਨ ਵੀ ਆ ਗਿਆ, ਮੈਂ ਪਹਿਲੀ ਪਾਕਿਸਤਾਨ ਮੌਜੂਦ ਸੀ। ਅਤੇ ਛੁੱਟੀਆਂ 'ਤੇ ਆਇਆ ਸੀ? ਹਾਂਜੀ, ਮੈਂ 4 ਮਹੀਨੇ ਦੀ ਛੁੱਟੀ 'ਤੇ ਆਇਆ ਸੀ। ਅੱਛਾ, ਉੱਥੇ ਹੀ ਪਲੈਨਿੰਗ ਕੀਤੀ? ਨਹੀਂ ਨਹੀਂ, ਦੁਬਈ? ਨਹੀਂ ਨਹੀਂ, ਮੈਂ ਪਹਿਲੇ ਦਾ ਆਇਆ ਸੀ ਇੱਥੇ। ਅੱਛਾ। ਫਿਰ ਇੱਕ ਦੋ ਦਫਾ ਮੁਲਾਕਾਤ ਹੋਈ, ਇਰਫਾਨ ਦਾ ਚਿਹਰਾ ਜ਼ਰਾ ਹੋਰ ਸਾਹਿਬ ਦਾ ਪਰੇਸ਼ਾਨ ਸੀ, ਮੈਂ ਉਹਨੂੰ ਪੁੱਛਿਆ ਕੀ ਪਰੇਸ਼ਾਨੀ, ਇੱਕ ਦੋ ਦਫਾ ਤਾਂ ਟਾਲ ਗਿਆ, ਉਸ ਤੋਂ ਬਾਅਦ ਫਿਰ ਗੱਲ ਦੱਸੀ ਸਾਰੀ। ਅੱਛਾ, ਪਲੈਨਿੰਗ ਹੋ ਗਈ, ਫਿਰ ਕਿੱਥੇ ਗਿਆ ਇਰਫਾਨ? ਇਰਫਾਨ ਵਾਪਸ ਟੁਰ ਗਿਆ ਲਾਹੌਰ, ਲਾਹੌਰ ਤੋਂ ਦੂਸਰੇ ਦਿਨ ਦੁਬਈ ਟੁਰ ਗਿਆ ਸੀ। ਲਾਹੌਰੋਂ ਦੁਬਈ ਚਲਾ ਗਿਆ? ਹਾਂਜੀ। ਫਿਰ ਤੂੰ ਕਿੱਥੇ ਗਿਆ? ਮੈਂ ਕੋਈ ਰਾਹ ਚਲਾ ਗਿਆ ਸੀ ਲੈ ਕੇ। ਠੀਕ ਹੈ, ਫਿਰ ਵਾਪਸ ਕਦੋਂ ਆਇਆ ਇਰਫਾਨ? ਇਰਫਾਨ ਨਹੀਂ ਆਇਆ ਵਾਪਸ। ਪੁਲਿਸ ਤੇ ਦੱਸਦੀ ਹੈ ਕਿ ਇੱਥੇ ਕੋਈ ਜੈਪਸਨ ਹੋਟਲ ਹੈ, ਉੱਥੇ ਇਰਫਾਨ ਆਪਣੀ ਬੀਵੀ ਨੂੰ ਲੈ ਕੇ ਗਿਆ, ਉੱਥੇ ਤੈਨੂੰ ਗੱਡੀ ਚ ਬਾਇਆ, ਤੂੰ ਅੱਗੋਂ ਲੈ ਕੇ ਗਿਆ। ਮੇਰੇ ਕੋਲ ਆਪਣੀ ਗੱਡੀ ਸੀ, ਜੈਪਸਨ ਹੋਟਲ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਹੈ, ਜੈਪਸਨ ਤੋਂ ਬਾਹਰ ਨਿਕਲੇ ਨੇ, ਉੱਥੋਂ ਆਪਣੇ ਘਰ ਟੁਰ ਗਿਆ, ਇਹਨੂੰ ਮੈਂ ਲੈ ਗਿਆ ਨਾਲ। ਇਰਫਾਨ ਕਿੱਥੇ ਚਲਾ ਗਿਆ? ਉਹ ਲਾਹੌਰ ਚਲਾ ਗਿਆ, ਮੈਂ ਇਹਨੂੰ ਲੈ ਗੁਜਰਾਤ ਚਲਾ ਗਿਆ। ਤੇ ਮੀਟਿੰਗ ਕਿੱਥੇ ਹੋਈ ਸੀ? ਲਾਹੌਰ, ਉਹ ਤਾਂ ਇੱਕ ਦਿਨ ਪਹਿਲੇ ਗੱਲ ਹੋਈ ਸੀ। ਤੇ ਉਜਰਤ ਤੈਅ ਹੋਈ ਸੀ? ਉਜਰਤ ਹੀ ਕਾਤਲ? ਨਹੀਂ ਨਹੀਂ ਨਹੀਂ, ਕੋਈ ਉਜਰਤ ਨਹੀਂ ਤੈਅ ਹੋਈ। ਹਾਂ, ਤੇ ਫਿਰ ਕਿਉਂ ਤੂੰ ਕਤਲ ਕਰਨ ਤੁਰ ਪਿਆ? ਇਰਫਾਨ ਪਹਿਲੇ ਵੀ ਸ਼ਾਦੀਸ਼ੁਦਾ ਸੀ? ਹਾਂਜੀ। ਤੇ ਦੋਸਤ, ਅਗਰ ਦੋਸਤ ਨੂੰ ਇੰਜ ਮਸਲਾ ਹੋਵੇ ਤਾਂ ਦੋਸਤ ਕਤਲ ਕਰਦਾ? ਬਸ ਨਹੀਂ, ਦਿਮਾਗ ਨੇ ਕੰਮ ਕੀਤਾ ਹੋ ਗਿਆ ਜੁੜਾ, ਬਸ ਗਲਤੀ। ਕਤਲ ਕਿਵੇਂ ਕੀਤਾ? ਉਹਨੂੰ ਕਿੱਥੋਂ ਲਿੱਤਾ, ਕਿੱਥੇ ਲੈ ਕੇ ਗਿਆ? ਜੈਪਸਨ ਹੋਟਲ ਤੋਂ ਲਿਆ ਸੀ ਉਹਨੂੰ, ਲੈ ਕੇ ਗੁਜਰਾਤ ਚਲਾ ਗਿਆ। ਅੱਛਾ, ਰਸਤੇ 'ਚ ਉਹਨੂੰ ਨੀਂਦ ਕੀ ਕਹਿ ਕੇ ਉਹਨੂੰ ਲੈ ਕੇ ਗਿਆ? ਕਿ ਮੈਂ ਤੁਹਾਨੂੰ ਉਹਦੇ ਘਰ ਛੱਡਾਂ, ਉਹਦੀ ਮਾਈ ਬਾਪ ਕੋਲ। ਅਸਲ ਮਸਲਾ ਕੀ ਸੀ ਕਿ ਉਹਦੀ ਮਾਈ ਬਾਪ ਨੂੰ ਨਹੀਂ ਮਿਲਾਉਂਦਾ ਸੀ ਉਹ ਆਪਣੇ? ਨਹੀਂ ਨਹੀਂ, ਅਸਲ ਮਸਲਾ ਉਹ ਕੰਪਨੀ ਦਾ ਹੀ ਸੀ। ਇਹ ਉਹਦੀ ਦੂਸਰੀ ਸ਼ਾਦੀ ਸੀ? ਹਾਂਜੀ। ਅੱਛਾ, ਪਹਿਲੀ ਬੀਵੀ ਬੱਚੇ ਕਿੱਥੇ ਸੀ? ਦੁਬਈ। ਉਹ ਦੁਬਈ ਰਹਿੰਦੇ ਸੀ? ਇਹ ਵੀ ਦੁਬਈ ਰਹਿੰਦੀ ਸੀ? ਇਹ ਵੀ ਦੁਬਈ ਰਹਿੰਦੇ, ਦੋ ਫਲੈਟ ਲਏ ਸੀ ਉੱਥੇ। ਅੱਛਾ, ਲੈਦਾ ਰੱਖਿਆ। ਠੀਕ ਹੈ, ਤੇ ਉਹਨੂੰ ਇਹਨੇ ਕਿਹਾ ਕਿ ਮਾਂ ਬਾਪ ਕੋ ਛੱਡਿਆ? ਨਹੀਂ, ਮੈਂ ਕਿਹਾ ਸੀ ਮੈਂ ਤੁਹਾਨੂੰ ਉਹਦੇ ਮਾਂ ਬਾਪ ਕੋਲ ਛੱਡਾਂ। ਅੱਛਾ। ਹਾਂਜੀ, ਉਹਨੇ ਹੀ ਬਿਠਾਇਆ ਇਰਫਾਨ ਨੇ ਤੇਰੇ ਨਾਲ? ਨਹੀਂ ਨਹੀਂ, ਇਰਫਾਨ ਨੇ ਨਹੀਂ ਬਿਠਾਇਆ, ਮੇਰੇ ਨਾਲ ਉਹਦੀ ਗੱਲਬਾਤ ਹੋ ਗਈ ਸੀ ਪਹਿਲੀ। ਮੈਂ ਉਹਨੂੰ ਨਾਲ ਲੈ ਕੇ ਫਿਰ ਟੁੱਟ ਗਿਆ, ਮੈਂ ਤੈਨੂੰ ਮੈਂ ਦੇ ਮਾਂ ਬਾਪ ਕੋਲ ਛੱਡਾਂ ਹੁਣ। ਅੱਛਾ। ਫਿਰ ਰਸਤੇ 'ਚ ਸਾਹਮਣੇ ਹਾਲ ਜੂਸ ਪੀਤਾ ਸੀ, ਮਿਲਕ ਸ਼ੇਕ ਬਣਵਾਇਆ ਸੀ, ਉਹਦੇ 'ਚ ਨੀਂਦ ਦੀਆਂ ਗੋਲੀਆਂ ਦਿੱਤੀਆਂ ਸੀ ਉਹਨੂੰ। ਸੁੱਤ ਤਕਰੀਬਨ 40-45 ਮਿੰਟ ਬਾਅਦ ਉਸ ਹੋ ਗਈ। ਅੱਛਾ। ਤੇ ਮੈਂ ਗਲਾ ਦਬਾ ਕੇ ਨਹਿਰੀ ਸਾਹਿਬ ਦੀ ਬਸ ਗਲਾ ਦਬਾ ਕੇ ਨਹਿਰ 'ਚ ਸੁੱਟਤੀ ਆਰਾਮ ਨਾਲ? ਹਾਂਜੀ। ਫਿਰ ਕਿੱਥੇ ਗਿਆ? ਮੈਂ ਘਰ ਚਲਾ ਗਿਆ ਸੀ ਗੁਜਰਾਤ। ਹਾਂਜੀ, ਆਰਾਮ ਨਾਲ ਹੀ। ਹਾਂਜੀ, ਕਿਆ ਬਾਤ ਹੈ, ਕੀ ਤੇਰੀ ਵੈਸੇ ਕੌਨਫੀਡੈਂਸ ਲੈਵਲ ਹੈ? ਕਤਲ ਕਰਕੇ ਘਰ ਟੁਰ ਗਏ ਆ ਤੇ ਸਕੂਨ ਦੇ ਨਾਲ ਹੀ ਆਈਏ ਤੇ ਫਿਰ ਸਕੂਨ ਚ ਹੈ ਤੂੰ? ਨਹੀਂ, ਸਕੂਨ ਚ ਕੋ ਨਹੀਂ ਆ, ਸਕੂਨ ਚ ਹੁੰਦੇ ਤੇ ਇੱਥੇ ਆ ਕੇ ਪੇਸ਼ ਹੋਣਾ ਸੀ ਆਪਾਂ। ਪੇਸ਼ ਥੋੜੀ ਹੋਈ ਤੇ ਖਰਾਬ ਹੋਇਆ ਸੀ, ਤਾਂ ਹੀ ਆਇਆ ਇੱਥੇ, ਵਾਪਸ ਦੁਬਈ ਗਿਆ, ਵਾਪਸ ਆ ਗਿਆ। ਠੀਕ ਹੈ, ਫਿਰ ਤੂੰ ਚਲਾ ਗਿਆ ਗੁਜਰਾਤ? ਹਾਂਜੀ, ਗੁਜਰਾਤ ਜਾ ਕੇ 2 ਦਿਨ ਬਾਅਦ ਵਾਪਸ ਬਾਹਰ ਟੁਰ ਗਿਆ ਦੁਬਈ। ਦੁਬਈ ਚਲਾ ਗਿਆ? ਹਾਂਜੀ। ਦੁਬਈ ਜਾ ਕੇ ਦੱਸਿਆ ਇਰਫਾਨ ਨੂੰ ਕਤਲ ਕਰਤੀ? ਹਾਂਜੀ। ਔਰ ਪਹਿਲੇ ਹੀ ਦੱਸਤਾ ਹੋਣਾ ਰਾਤ ਨੂੰ ਫੋਨ ਕਰਕੇ? ਨਹੀਂ, ਫੋਨ ਤਾਂ ਕੋਈ ਰਾਬਤਾ ਨਹੀਂ ਹੋਇਆ ਸਾਡਾ। ਅੱਛਾ, ਦੁਬਈ ਗਿਆ ਸਿੱਧਾ? ਹਾਂਜੀ। ਫਿਰ ਕਿੰਨੀ ਦੇਰ ਰਹੇ ਆ ਦੁਬਈ? 52 ਦਿਨ। 52 ਦਿਨ? 52 ਦਿਨ ਬਾਅਦ ਕੀ ਕਰਨ ਆਇਆ? ਥਾਣੇ ਆਇਆ, ਗੱਲਬਾਤ ਕਰਨੀ ਆਇਆ ਇਸ ਮਾਮਲੇ ਨੂੰ ਹੈਂਡਲ ਕਰਨ ਵਾਸਤੇ। ਹੁਣ ਦੇ ਘਰ ਵਾਲਿਆਂ ਦੇ ਪਰਚਾ ਹੋ ਗਿਆ ਸੀ ਇਰਫਾਨ ਦੇ ਅਗਵਾ ਦਾ? ਹਾਂਜੀ। ਉਹਨੇ ਕਿਹਾ ਜਾ ਕੇ ਇਹਨਾਂ ਨੂੰ ਜਾ ਕੇ ਮਤਲਬ
ਨਹੀਂ ਕਾਨੂੰਨੀ ਕਿਹੜੀ ਕਰਨੀ ਸੀ, ਵੈਸੇ ਵੀ ਪੇਸ਼ ਹੋਣਾ ਸੀ, ਗੱਲ ਕਰਨੀ ਸੀ, ਲੇਕਿਨ ਉਹਨਾਂ ਬਸ ਪਹਿਲੇ ਗੱਲ ਪੇ ਕਰਦੇ ਸੀ ਕਿ ਬੇਗੁਨਾਹ ਨੇ ਇਹਨਾਂ ਨੂੰ ਵਿੱਚੋਂ ਫਾਰਗ ਕਰੋ। ਉਸ ਔਰਤ ਨੇ ਤੇਰਾ ਕੀ ਵਿਗਾੜਿਆ? ਕੁਝ ਵੀ ਨਹੀਂ ਸੀ ਵਿਗਾੜਿਆ। ਤੇਰਾ ਗੈਰਤ ਦਾ ਮਸਲਾ ਸੀ ਕੋਈ? ਨਹੀਂ। ਫਿਰ ਇੰਨਾ ਤੂੰ ਮੁਤਮਈਨ? ਬਸ ਹੋ ਗਿਆ, ਬਸ ਹੋ ਗਿਆ, ਅਕਲ ਤੇ ਪੜਦਾ ਪੈ ਗਿਆ, ਹੋ ਗਿਆ। ਕਿੰਨੀ ਕਿ ਸ਼ਰਮਿੰਦਗੀ? ਸ਼ਰਮਿੰਦਗੀ ਆ, ਬਹੁਤ ਜ਼ਿਆਦਾ ਸ਼ਰਮਿੰਦਗੀ, ਅੱਲਾਹ ਕੇ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਗਿਆ, ਸ਼ਰਮਿੰਦਾ ਹੁਣ। ਫਿਰ ਸ਼ਰਮਿੰਦਗੀ ਔਰ ਕਤਲ ਆਪਣਾ ਖੁਦ ਫਾਇਆ ਤਾਂ ਲੈ ਨਹੀਂ ਸਕਦਾ, ਇਹ ਅੱਲਾਹ ਕੋਲੇ ਹੁਣ ਮੈਨੂੰ ਕੀ ਹੋਣਾ ਮੇਰਾ? ਇਰਫਾਨ ਕੀ ਕਹਿੰਦਾ? ਕੁਝ ਵੀ ਨਹੀਂ, ਮੇਰਾ ਇਰਫਾਨ ਹੁਣ ਰਾਬਤਾ ਹੀ ਨਹੀਂ ਹੈ ਜਿਸ ਦਿਨ ਦਾ ਇੱਥੇ ਬੈਠੇ। ਕਿੰਨੀ ਦੇਰ ਹੋ ਗਈ ਗ੍ਰਿਫਤਾਰੀ ਦੀ? ਤਕਰੀਬਨ ਥਾਣੇ ਬੈਠਿਆਂ ਤੋਂ 5 ਕੁ ਦਿਨ ਹੋ ਗਏ। ਸਹੀ ਹੈ। ਹਾਂਜੀ। ਅਤੇ ਕੀ ਖਿਆਲ ਆਉਂਦਾ ਸੀ ਕਤਲ ਕਰਨ ਤੋਂ ਬਾਅਦ ਦੁਬਈ ਚਲਾ ਗਿਆ ਸੀ? ਕੋਈ ਨਹੀਂ, ਨੀਂਦ ਨਹੀਂ ਸੀ ਆਉਂਦੀ। ਨੀਂਦ ਨਹੀਂ ਆਉਂਦੀ ਸੀ? ਨਹੀਂ। ਕੀ ਆਉਂਦਾ ਸੀ ਦੇਣ 'ਚ? ਬਸ ਉਹੀ ਬਕੂਏ ਨਜ਼ਰ ਆਉਂਦਾ ਸੀ। ਡਰ ਵੀ ਲੱਗਦਾ ਸੀ? ਜੀ ਅੱਲਾਹ ਤੋਂ ਡਰ ਕਿਉਂ ਨਹੀਂ ਲੱਗਦਾ, ਸਾਰਿਆਂ ਨੂੰ ਲੱਗਦਾ, ਅਸੀਂ ਵੀ ਮਰਨਾ ਇੱਕ ਦਿਨ ਮਰਨਾ। ਹਾਂਜੀ। ਅਤੇ ਹੁਣ ਅੱਛਾ ਮਤਲਬ ਸਕੂਨ ਹੋ ਗਿਆ, ਗ੍ਰਿਫਤਾਰ ਹੋਇਆ ਜਦੋਂ ਦਾ? ਚਲੋ ਇਹ ਹੁਣ ਅਦਾਲਤ ਦਾ ਕੰਮ, ਵੇਖੋ ਹੁਣ ਸਕੂਨ ਕਰਾਉਂਦੀ ਕੀ ਕਰਦੀ। ਤੈਨੂੰ ਕੀ ਲੱਗਦਾ ਤੈਨੂੰ ਕੀ ਸਜ਼ਾ ਹੋਣੀ ਚਾਹੀਦੀ? ਵੇਖੋ ਜੀ ਇਹ ਹੁਣ ਅੱਲਾਹ ਬਿਹਤਰ ਜਾਣਦਾ ਜਾਂ ਅਦਾਲਤ ਜਾਣਦੀ, ਜਿਨ੍ਹਾਂ ਦੇ ਕੋਲ ਫੈਸਲੇ ਹੋਣ, ਮੈਨੂੰ ਕੀ ਪਤਾ ਮੈਨੂੰ ਕੀ ਸਜ਼ਾ ਹੋਣੀ। ਆਪਣਾ ਦਿਲ ਕੀ ਕਹਿੰਦਾ ਕੋਈ ਔਰਤ ਮਾਰਤੀ ਹੈ ਤੂੰ? ਆਪਣਾ ਦਿਲ ਤਾਂ ਮਾਫ਼ੀ ਦੇ ਕਰਦਾ, ਮਾਫ਼ੀ ਹੋਣੀ ਚਾਹੀਦੀ। ਅੱਲਾਹ ਵੀ ਮਾਫ਼, ਪਹਿਲੇ ਅੱਲਾਹ ਮਾਫ਼ ਕਰੇ ਫਿਰ ਬਾਅਦ ਦੀ ਗੱਲ ਇਨਸਾਨਾਂ ਦੀ। ਅੱਛਾ ਜੀ, ਮਾਫ਼ੀ ਹੋਣੀ ਚਾਹੀਦੀ। ਵੇਖੋ ਜੀ ਇਨਸਾਨ ਤਾਂ ਫਿਰ ਗਲਤੀ ਕਰਕੇ ਮਾਫ਼ੀ ਮੰਗਦਾ ਹੀ ਹੈ, ਅੱਗੋਂ ਅੱਲਾਹ ਦੀ ਮਰਜ਼ੀ ਮਾਫ਼ ਕਰੇ। ਛੋਟੀ ਜੀ ਗਲਤੀ ਹੈ, ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ। ਮੈਂ ਸਮਝਣਾ ਇਸ ਚੀਜ਼ ਨੂੰ, ਬਹੁਤ ਵੱਡੀ ਗਲਤੀ, ਬਹੁਤ ਵੱਡੀ ਗਲਤੀ। ਹਾਂਜੀ। ਅਤੇ ਸਜ਼ਾ ਕਿਉਂ ਨਹੀਂ ਹੋਣੀ ਚਾਹੀਦੀ ਤੇਰੇ ਵਰਗੇ ਦਰਿੰਦੇ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਨਾ ਕਰਨ? ਚਲੋ ਫਿਰ ਅਦਾਲਤ ਦੇ ਦੀ ਤਾਂ ਫਿਰ ਚੱਲ ਦਿੰਦੇ, ਕੋਈ ਮੁਸ਼ਕਿਲ ਨਹੀਂ। ਆਪਣਾ ਨਹੀਂ ਦਿਲ ਕਰਦਾ ਸਜ਼ਾ ਲੈਣ? ਨਹੀਂ, ਕਿਹੜੇ ਬੰਦੇ ਦਾ ਦਿਲ ਕਰਦਾ ਸਜ਼ਾ ਲੈਣ ਤੇ, ਗਲਤੀ ਹੋ ਜਾਵੇ ਬਾਅਦ ਹੀ ਬੰਦੇ ਮਾਫ਼ੀ ਮੰਗਦੇ ਨੇ, ਹੋਰ ਕੀ ਹੁੰਦਾ? ਘਰ ਵਾਲੇ ਮਿਲੇ ਹੀ ਕੋਈ? ਨਹੀਂ। ਸਭ ਤੋਂ ਵੱਡਾ ਹੈ ਛੋਟਾ ਹੈ? ਤੀਸਰੇ ਨੰਬਰ 'ਤੇ। ਤੀਸਰੇ ਨੰਬਰ 'ਤੇ ਭਰਾ ਹੈਗੇ ਨੇ ਹੋਰ? ਹਾਂਜੀ। ਅਤੇ ਬਾਕੀ ਬੀਵੀ ਬੱਚਿਆਂ ਦਾ ਤਾਂ ਤੂੰ ਹੀ ਹੋਏਗਾ ਨਾ ਸਾਰਾ? ਹਾਂਜੀ। ਤਾਂ ਉਹਨਾਂ ਨੇ ਕੀ ਕੀਤਾ ਸੀ ਤੇਰੇ ਨਾਲ? ਕੀ ਕਰਨਾ ਸੀ ਉਹਨਾਂ ਨੂੰ? ਕਿਸ ਚੀਜ਼ ਦੀ ਸਜ਼ਾ ਦਿੱਤੀ ਹੈ? ਮੈਂ ਕਿਹਾ ਨਹੀਂ, ਮੈਂ ਕਹਿੰਦਾ ਉਹਨਾਂ ਮੇਰੇ ਨਾਲ ਕਿ ਮੇਰੀ ਮੁਲਾਕਾਤ ਹੀ ਨਹੀਂ ਉਹਨਾਂ ਨਾਲ ਹੋਈ, ਨਾ ਬੱਚਿਆਂ ਨਾਲ ਕੋਈ ਗੱਲ ਹੋਈ ਜੇ ਤਾਂ। ਲੇਕਿਨ ਪਤਾ ਤਾਂ ਲੱਗ ਗਿਆ ਹੋਏਗਾ ਨਾ? ਸਾਰੀ ਗੱਲ ਪਤਾ ਤਾਂ ਲੱਗ ਜਾਂਦਾ ਫਿਰ। ਕੋਈ ਲਾਲਚ ਦਿੱਤੀ ਸੀ ਇਰਫਾਨ ਨੇ ਜਿਹੜਾ? ਨਹੀਂ, ਲਾਲਚ ਕਿਉਂ ਦੇਣੀ ਸੀ? ਅਲਹਮਦੁਲਿਲਾ ਮੈਂ ਆਪਣਾ ਰੁਜ਼ਗਾਰ ਕਰਨਾ, ਮੈਂ ਆਪਣੇ ਬੱਚਿਆਂ ਦਾ ਖੁਦ ਕਫੀਲ ਹਾਂ, ਮੈਨੂੰ ਕਿਸੇ ਦਾ ਲਾਲਚ ਦੀ ਕੀ? ਮੈਂ ਆਪਣੇ ਹੱਥਾਂ ਦੀ ਮਿਹਨਤ ਕਰਨਾ, ਮੈਂ ਕਿਸੇ ਦੇ ਲਾਲਚ 'ਚ ਕਿਉਂ ਆਉਣਾ? ਲਾਲਚ 'ਚ ਆਉਣਾ ਹੋਵੇ ਤਾਂ ਹੋਰ ਬੜੇ ਕੰਮ, ਹੋਰ ਬੜੇ ਬੰਦਿਆਂ ਦੇ ਕੰਮ ਕਰਨ ਵਾਲੇ ਹੁੰਦੇ ਨੇ, ਭਾਈ ਤੋਂ ਪਹਿਲੇ ਵੀ ਕਰ ਲੈਂਦੇ, ਅੱਜ ਤਾਂ ਫਿਰ ਨਿਜ਼ਾਮ ਠੀਕ ਆ, ਕਿਉਂ ਲਾਲਚ ਕਿਸੇ 'ਚ ਆਉਣਾ? ਅੱਛਾ ਇਰਫਾਨ ਦੇ ਕਹਿਣ ਦੇ ਉੱਤੇ ਕਤਲ ਤਾਂ ਕਰਤਾ, ਹੁਣ ਇਰਫਾਨ ਤੇਰੀ ਕੋਈ ਪੈਰਵੀ ਕਰ ਰਿਹਾ? ਕਾਨੂੰਨੀ ਪੈਰਵੀ ਜਿਹੜਾ ਹੱਕ ਹੁੰਦਾ, ਤੂੰ ਉਹਦੇ ਕਹਿਣ ਦੇ ਉੱਤੇ ਉਹਦੀ ਬੀਵੀ ਨੂੰ ਕਤਲ ਕਰਤਾ, ਆਪਣੇ ਬੱਚਿਆਂ ਨੂੰ ਵੀ, ਬੀਵੀ ਨੂੰ, ਆਪਣੇ ਖਾਨਦਾਨ ਨੂੰ ਅਜ਼ਾਬ 'ਚ ਮੁਬਤਲਾ ਕਰਤਾ, ਉਹ ਤੇਰੇ ਪੈਰਵੀ ਕਰ ਰਿਹਾ? ਅਜੇ ਤੱਕ ਮੇਰਾ ਉਹਦੇ ਨਾਲ ਕੋਈ ਰਾਬਤਾ ਨਹੀਂ ਹੋਇਆ। ਨਹੀਂ ਰਾਬਤਾ ਤਾਂ ਨਹੀਂ ਉਹਦੇ ਨਾਲ ਹੋਣਾ, ਵਕੀਲ ਭੇਜਿਆ ਉਹਨੇ, ਕਿਸੇ ਨੇ ਆ ਕੇ ਤੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ, ਫਿਲਹਾਲ ਤਾਂ ਕੋਈ ਨਹੀਂ। ਪਹਿਲੇ ਕੀ ਪਲੈਨਿੰਗ ਕੀਤੀ ਸੀ ਉਹਨੇ ਕਿ ਤੂੰ ਅਗਰ ਫੜਿਆ ਵੀ ਜਾਂਦਾ ਤਾਂ ਕਿਸ ਤਰੀਕੇ ਨਾਲ ਤੈਨੂੰ ਕਢਾਵਾਂਗਾ? ਨਹੀਂ, ਇਸ ਮੌਜੂਦ ਕੋਈ ਪਲੈਨਿੰਗ ਨਹੀਂ ਹੋਈ ਸਾਡੀ। ਕੀ ਪਤਾ ਸੀ ਕਿ ਨਹੀਂ ਫੜੇ ਜਾਵਾਂਗੇ, ਪਤਾ ਹੀ ਨਹੀਂ ਲੱਗੇਗਾ। ਜੇ ਤਾਂ ਪਤਾ ਹੋਵੇ ਫਿਰ ਬੰਦਾ ਕਰੇ ਵੀ ਨਾ। ਇਹੀ ਸੀ ਆਪਣੇ ਵੱਲੋਂ ਤਮਾਮ ਸ਼ਵਾਹਿਦ ਜਿਹੜੇ ਆ ਖਤਮ ਕਰਤੇ ਹੋਏ। ਹਾਂਜੀ। ਤੇ ਫੜਿਆ ਕਿਵੇਂ ਗਿਆ ਫਿਰ ਤੂੰ? ਥਾਣੇ ਆਇਆ ਸੀ ਮੈਂ। ਉਹਨਾਂ ਦੇ ਘਰ ਵਾਲਿਆਂ ਵਾਸਤੇ? ਹਾਂਜੀ, ਇਰਫਾਨ ਦੇ। ਹਾਂਜੀ, ਉਹਦੇ ਘਰ ਵਾਲਿਆਂ ਦੇ ਨਾਲ ਆਇਆ ਸੀ। ਜੀ ਜੀ। ਇਹੋ ਜਿਹਾ ਹੌਸਲਾ ਕਿਵੇਂ ਆ ਗਿਆ ਕਿ ਇੱਕ ਤਾਂ ਕਤਲ ਵੀ ਕੀਤਾ, ਫਿਰ ਉਹਨਾਂ ਦੀ ਪੈਰਵੀ ਕਰਨ ਵਾਸਤੇ ਆ ਗਿਆ? ਕੀ ਕਾਨੂੰਨੀ ਮਾਹਿਰ ਹੈ ਤੂੰ? ਕੌਣ ਹੈ? ਨਹੀਂ, ਕੋਈ ਜੁਰਮ ਪੇਸ਼ਾ ਹੈ ਪਹਿਲੇ ਤੋਂ ਹੀ ਜੁਰਮ ਕਰਨਾ? ਮੇਰਾ ਕਿਹੜਾ, ਮੈਂ ਪਾਕਿਸਤਾਨ ਤੋਂ ਬਾਹਰ ਹੀ ਰਹਿੰਦਾ, ਰਿਕਾਰਡ ਚੈੱਕ ਕਰ ਲਓ, ਕੋਈ ਜੁਰਮ ਪੇਸ਼ਾ ਨਹੀਂ ਹੈ ਮੈਂ। ਤੇ ਹੁਣ ਕੀਤਾ ਹੀ? ਜੀ ਹੁਣ ਤਾਂ ਵੱਡਾ ਹੀ ਕੰਮ ਕੀਤਾ ਹੀ ਨਾ। ਹਾਂਜੀ, ਹੋ ਗਿਆ। ਕੀ ਮਤਲਬ ਜ਼ਬਰਦਸਤੀ ਕਿਸੇ ਨੇ ਕਰਾਇਆ ਤੇਰੇ? ਨਹੀਂ ਜ਼ਬਰਦਸਤੀ, ਹਾਂ ਮੇਰੇ ਕੋਲ ਜ਼ਬਰਦਸਤੀ ਕਿਸੇ ਕਿਉਂ ਕਰਾ ਸਕਣਾ? ਮੇਰੇ ਕੋਲ ਕਰਾ ਸਕਦਾ ਕੋਈ ਬੰਦਾ ਜ਼ਬਰਦਸਤੀ? ਕੌਣ ਹੈ ਤੂੰ? ਹੈ ਇਨਸਾਨ ਆ। ਅੱਛਾ, ਡੌਨ ਹੈਗਾ? ਨਹੀਂ, ਡੌਨ ਬਦਮਾਸ਼ ਹੈ? ਨਹੀਂ। ਸ਼ਬਾਜ਼ ਇੰਨੀ ਕਿਹੜੀ ਗੂੜੀ ਆ ਰਹੀ ਹੈਗੀ ਹੈ ਕਿ ਦੋਸਤ ਦੇ ਕਹਿਣ ਦੇ ਉੱਤੇ ਫੌਰੀ ਤੌਰ 'ਤੇ ਕਤਲ ਕਰਤਾ? ਕਿੰਨੇ ਸਾਲ ਪਹਿਲੇ ਉਹਦੇ ਨਾਲ ਤੇਰੀ ਦੋਸਤੀ ਹੋਈ? ਤਕਰੀਬਨ 2 ਸਾਲ ਪਹਿਲੇ। 2 ਸਾਲ ਪਹਿਲੇ? ਬੜੀ ਗੂੜੀ ਦੋਸਤੀ ਸੀ? ਜੀ ਜੀ ਬਿਲਕੁਲ। ਕਿਹੋ ਜਿਹੀ ਦੋਸਤੀ ਸੀ? ਇਹ ਭਰਾਵਾਂ ਵਾਲੀ, ਜਿਸ ਤਰ੍ਹਾਂ ਸੱਕਿਆਂ ਭਰਾਵਾਂ ਨਾਲ। ਸ਼ੁਰੂ ਕਹਿੰਜੋ ਵੀ? ਬਸ ਇੱਕ ਕਬੂਤਰਬਾਜ਼ੀ ਦੇ ਲਿਹਾਜ਼ ਨਾਲ ਮਿਲਦੇ ਸੀ ਇੱਕ ਦੂਜੇ ਨੂੰ, ਉਹਨੇ ਵੀ ਕਬੂਤਰ ਰੱਖੇ, ਮੈਂ ਵੀ ਰੱਖੇ। ਦੁਬਈ 'ਚ ਹੀ ਰੱਖੇ ਸੀ? ਹਾਂਜੀ ਰੱਖੇ ਨੇ। ਅੱਛਾ, ਦੁਬਈ ਕਬੂਤਰ ਰੱਖਦੇ ਨੇ ਲੋਕ? ਹਾਂਜੀ ਰੱਖੇ ਨੇ, ਬੜੀ ਦੁਨੀਆ ਰੱਖੇ। ਠੀਕ ਹੈ, ਬਾਜ਼ੀ ਬੂਜ਼ੀ ਲਾਉਂਦੇ? ਹਾਂਜੀ ਲਾਉਂਦੇ। ਸਹੀ ਹੈ। ਅਤੇ ਫਿਰ ਦੋਸਤੀ? ਦੋਸਤੀ ਬਸ ਉੱਥੇ ਬਵੀ ਦਾ ਸੀ, ਇੱਕ ਦੂਜੇ ਦਾ ਲਹਿਜਾ ਪਸੰਦ ਆ ਗਿਆ, ਗੱਲਬਾਤ ਪਸੰਦ ਆ ਗਿਆ, ਉੱਥੋਂ ਪਿਆਰ ਵੱਧ ਗਿਆ, ਆਪਸ ਵਿੱਚ ਭਾਈਆਂ ਹੋ ਗਏ। ਠੀਕ ਹੈ। ਅਤੇ ਯਾਰ ਦੋਸਤ ਅਗਰ ਕੋਈ ਕਵੇ ਕਿ ਇੰਝ ਕੰਮ ਕਰਦੇ, ਹੁਣ ਤਾਂ ਇੱਕ ਯਾਰ ਦੇ ਕਹਿਣ ਦੇ ਉੱਤੇ ਕਤਲ ਕਰਤਾ, ਸ਼ੁਰੂ ਦੇ ਵਿੱਚ ਵੀ ਬਚਪਨ 'ਚ ਵੀ ਦੋਸਤ ਹੋਣਗੇ, ਹੋਰ ਦੋਸਤਾਂ ਦੇ ਕਹਿਣ 'ਤੇ ਕੀ ਕੁਛ ਕੀਤਾ ਜੀ? ਲੜਾਈਆਂ ਝਗੜੇ ਦੋਸਤਾਂ
ਕੀ ਕਹਿੰਦਾ ਸੀ? ਨਹੀਂ ਕਹਿਣਾ ਉਹਨੇ ਕੀ ਸੀ, ਉਹਦਾ ਚਿਹਰਾ ਹੀ ਕਹਿੰਦਾ ਸੀ ਸਾਰਾ ਕੁਝ, ਕੀ ਉਹਨੇ ਕਹਿਣਾ, ਪਰੇਸ਼ਾਨ ਸੀ ਉਹ। ਮਸ਼ਵਰਾ ਤੂੰ ਦਿੱਤਾ ਉਹਨੂੰ ਕਿ ਉਹਨੇ ਤੈਨੂੰ ਕਿਹਾ ਕਿ ਕਤਲ ਕਰ? ਬਸ ਦੋਵਾਂ ਦੀ ਗੱਲ ਹੋਈ ਸੀ ਆਪਸ ਵਿੱਚ। ਤੂੰ ਹੀ ਮਸ਼ਵਰਾ ਦਿੱਤਾ ਕਿ ਉਹਨੂੰ ਮਾਰ ਦੇਣਾ ਚਾਹੀਦਾ? ਹਾਂਜੀ, ਆਪ ਉਹਨੇ ਮਸ਼ਵਰਾ ਦਿੱਤਾ ਫਿਰ ਕਤਲ ਵੀ ਕੀਤਾ। ਹਾਂਜੀ, ਹੁਣ ਕੱਲ ਨੂੰ ਕੋਈ ਦੋਸਤ, ਅਗਰ ਤੇਰੀ ਜ਼ਿੰਦਗੀ ਜਾਨ ਛੁੱਟ ਜਾਂਦੀ ਹੈ ਇਸ ਕੇਸ 'ਚੋਂ, ਕੱਲ ਨੂੰ ਕੋਈ ਦੋਸਤ ਤੈਨੂੰ ਕਹੇਗਾ ਫਿਰ ਕਤਲ ਕਰੇਗਾ ਕਿਸੇ ਨੂੰ? ਨਹੀਂ, ਐਡੀ ਵੀ ਕੋਈ ਗੱਲ ਹੁੰਦੀ, ਵਾਰ ਵਾਰੀ ਬੰਦਾ ਕਤਲ ਹੀ ਕਰੇ, ਇੱਕ ਵਾਰੀ ਗਲਤੀ ਦੀ ਸਜ਼ਾ ਜਿਹੜੀ ਭੁਗਤ ਲੈ ਬੰਦਾ, ਇੱਕ ਗਲਤੀ ਇੱਕ ਵਾਰੀ ਹੁੰਦੀ, ਰੋਜ਼ ਰੋਜ਼ ਗਲਤੀ ਨਹੀਂ ਹੁੰਦੀ, ਰੋਜ਼ ਰੋਜ਼ ਜਿਹੜਾ ਹੁੰਦਾ ਉਹ ਤਾਂ ਪੇਸ਼ਾਵਰ ਸਿਸਟਮ ਹੁੰਦਾ। ਠੀਕ ਹੈ, ਦੋਸਤੀ ਜ਼ਿਆਦਾ ਅਹਿਮ ਹੁੰਦੀ ਹੈ ਕਿ ਆਪਣੇ ਘਰ ਵਾਲੇ ਜ਼ਿਆਦਾ ਅਹਿਮ ਹੁੰਦੇ? ਮੇਰੀ ਨਜ਼ਰ 'ਚ ਦੋਸਤੀ ਜ਼ਿਆਦਾ ਹੈ। ਦੋਸਤੀ ਜ਼ਿਆਦਾ ਅਹਿਮ, ਅਤੇ ਉਹਨਾਂ ਦਾ ਕੀ ਕਸੂਰ ਹੈ ਤੇਰੇ ਬੱਚਿਆਂ ਦਾ, ਬੀਵੀ ਦਾ, ਜਿਹੜੇ ਹੁਣ ਕਾਤਲ ਦੀ ਬੀਵੀ ਕਹਿਲਾਏਗੀ, ਕਾਤਲ ਦੇ ਬੱਚੇ ਕਹਿਲਾਣਗੇ, ਉਹਨਾਂ ਦਾ ਕੀ ਕਸੂਰ ਹੈ? ਅੱਲਾ ਨਬੀ ਵਾਰਸ ਉਹਨਾਂ ਦਾ। ਅੱਛਾ ਕੰਮ ਕੀਤਾ ਜਿਹੜਾ ਅੱਲਾ ਨਬੀ ਵਾਰਸ ਉਹਨਾਂ ਦਾ ਕਹਿ ਰਹੇ? ਨਹੀਂ, ਉਹਨਾਂ ਦਾ ਅੱਲਾ ਨਬੀ ਵਾਰਸ, ਮੈਂ ਤਾਂ ਅੱਛਾ ਕੋਈ ਨਹੀਂ ਕੀਤਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸ਼ਰਮਿੰਦਗੀ ਇਸ ਚੀਜ਼ ਦੇ, ਬਹੁਤ ਜ਼ਿਆਦਾ ਸ਼ਰਮਿੰਦਗੀ। ਅਤੇ ਦੋਸਤੀ ਪੂਰਾ ਯਾਰ ਨਿਭਾਉਂਦਾ ਹੈ ਤੂੰ, ਦੋਸਤੀ ਉਹ ਨਿਭਾ ਰਿਹਾ ਤੇਰੇ ਨਾਲ ਦੋਸਤੀ? ਅਸੀਂ ਆਪਣੀ ਨਿਭਾਈ, ਉਹਦਾ ਹੁਣ ਅੱਲਾ ਹੀ ਜਾਣਦਾ ਕੀ ਕਰਨਾ। ਹਜੇ ਤੱਕ ਕੋਈ ਅਸਾਰ ਨਹੀਂ ਨਜ਼ਰ ਆਇਆ ਉਹਦੀ ਦੋਸਤੀ ਦਾ? ਰਾਬਤਾ ਹੀ ਨਹੀਂ ਹੈ, ਇੱਥੇ ਵਲਾ 'ਚ ਬੈਠੇ, ਕਿਕਣੋਂ ਦਿਨ ਰਾਬਤਾ ਹੋਣਾ? ਕੋਈ ਵਕੀਲ ਭੇਜਿਆ, ਕੋਈ ਬੰਦਾ ਭੇਜਿਆ? ਨਹੀਂ, ਫਿਲਹਾਲ ਅਜੇ ਤੱਕ ਤਾਂ ਕੋਈ ਨਹੀਂ ਆਇਆ। ਕੋਈ ਵੀ ਨਹੀਂ ਆਇਆ? ਲੋਕਾਂ ਨੂੰ ਦੱਸ, ਅਗਰ ਤੈਨੂੰ ਕੋਈ ਸਮਝ ਆਈ ਹੈ, ਕੋਈ ਤੈਨੂੰ ਸ਼ਰਮ ਆਈ ਹੈ ਵਾਕਈ, ਤੇ ਲੋਕਾਂ ਵਾਸਤੇ ਮੈਸੇਜ ਦੇ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਤੇਰੇ ਕੋਲ ਕੀ ਗਲਤ? ਕੋਈ ਵੀ ਕਦਮ ਉਠਾਉਣ ਤੋਂ ਪਹਿਲੇ ਸੋਚਣਾ ਚਾਹੀਦਾ, ਚਾਹੇ ਉਹ ਅੱਛੇ ਵੱਲ ਹੋਵੇ, ਚਾਹੇ ਬੁਰੇ ਵੱਲ ਹੋਵੇ, ਚਾਹੇ ਛੋਟਾ ਕੰਮ ਹੋਵੇ ਵੱਡਾ ਹੋਵੇ, ਕਦਮ ਉਠਾਉਣ ਤੋਂ ਪਹਿਲੇ ਸੋਚਣਾ ਚਾਹੀਦਾ। ਤੂੰ ਸੋਚਿਆ? ਨਹੀਂ ਸੋਚਿਆ, ਤੇ ਇੱਥੇ ਖਲੋਤੇ ਸੋਚਿਆ, ਤੂੰ ਕਤਲ ਦਾ ਸੋਚ ਲਿਆ ਨਾ, ਸੋਚਿਆ ਤੇ ਤੂੰ ਵੀ। ਹਾਂਜੀ, ਉਹਨਾਂ ਨੂੰ ਕੀ ਸੋਚਣਾ ਚਾਹੀਦਾ? ਜੋ ਅੱਛਾ ਹੋਵੇ ਉਹੀ ਸੋਚਣਾ ਚਾਹੀਦਾ। ਕਤਲ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ? ਕਤਲ ਤਾਂ ਸ਼ਰੀਅਤ ਵਿੱਚ ਵੀ ਮਨਾ ਮਨਾ ਹੈ, ਤੇ ਤੂੰ ਕਰਤਾ? ਹੋ ਗਿਆ, ਕੀਤਾ ਨਹੀਂ ਹੈ, ਹੋ ਗਿਆ, ਬਸ ਦਿਮਾਗ 'ਤੇ ਪੜਦਾ ਪਿਆ।